ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਸੁਪਰਵਾਈਜ਼ਰ ਦੀ ਵੈਕੈਂਸੀਸ ਨਿਕਲ ਕੇ ਆ ਚੁੱਕੀਆਂ ਨੇ ਜੀ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਕੰਪਲੀਟ ਐਲੀਜੀਬਿਲਿਟੀ ਤੇ ਪ੍ਰੋਸੈਸ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਐਕਸਪਲੇਨ ਕਰਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਐਲੀਜੀਬਿਲਟੀ ਵੀ ਦੱਸਾਂਗਾ ਔਰ ਨਾਲ ਦੇ ਨਾਲ ਇਸ ਤੋਂ ਇਲਾਵਾ ਹੋਰ ਕਈ ਵੈਕੈਂਸੀ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਟਾਈਪ ਕਰੋਗੇ meetacademy.xyz ਗੂਗਲ ਦੇ ਵਿੱਚ ਜਾ ਕੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉੱਥੇ ਤੁਸੀਂ ਹਰ ਤਰ੍ਹਾਂ ਦੀ ਜੌਬ ਰਿਲੇਟਿਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਪਾਓਗੇ ਈਵਨ ਕਿ ਅਪਲਾਈ ਕਰਨ ਦਾ ਲਿੰਕ ਕਿਹਦੇ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਹੈ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ ਤੁਸੀਂ ਉੱਥੋਂ ਵੀ ਜਿਹੜਾ ਚੈੱਕ ਕਰਕੇ ਅਪਲਾਈ ਕਰ ਪਾਓਗੇ ਇਸੇ ਦੇ ਨਾਲ ਤੁਸੀਂ ਕਿਸੇ ਗਵਰਮਨ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਚ ਅਵੇਲੇਬਲ ਹੈ ਜੀ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲ ਦਿੰਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਜੀ ਸਸ ਸੇ ਗੱਲ ਦੋਸਤੋ ਇਹ ਤੁਹਾਡਾ ਜਿਹੜਾ ਜੀ ਸਹਾਇਕ ਸੁਪਰਵਾਈਜ਼ਰ ਦੀ ਜਿਹੜੀ ਵੈਕੈਂਸੀ ਹੈ ਉਹਦੇ ਲਈ ਜਿਹੜਾ ਅਪਡੇਟ ਹੈ ਉਮਰਾਂ ਦਿਖਾ ਰਹੇ ਨੇ ਜਿਹੜਾ ਕਿ ਆਧਾਰ ਅਜੀਤ ਦੇ ਜਲੰਧਰ ਮੁਖ ਦਫ਼ਤਰ ਦੀ ਸਹਾਇਕ ਸੁਪਰਵਾਈਜ਼ਰ ਦੀ ਲੋੜ ਹੈ ਇਸ ਦੇ ਵਿੱਚ ਉਹਨਾਂ ਨੂੰ ਸੁਪਰਵਾਈਜ਼ਰ ਦੀ ਵੈਕੈਂਸੀ ਰਿਕੁਆਇਰਡ ਹੈ ਜਿਹਦੇ ਲਈ ਘੱਟੋ ਘੱਟ ਜਿਹੜੇ ਨੇ ਬੀਏ ਪਾਸ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਤਜਰਬਾ ਜਿੱਦਾਂ ਕਿ ਲੋਕਲ ਜਾਂ ਤਜਰਬੇਕਾਰ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜੀ ਪੈਹਲ ਦਿੱਤੀ ਜਾਵੇਗੀ ਤਨਖਾਹ ਯੋਗਤਾ ਦੇ ਅਨੁਸਾਰ ਹੋਏਗੀ ਮਤਲਬ ਤੁਹਾਡੇ ਅੱਗੇ ਗ੍ਰੈਜੂਏਸ਼ਨ ਹੈ ਜੋ ਵੀ ਮੈਕਸਮ ਜਿਹੜੀ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਮਿਲਦੀ ਹੈ ਜੀ ਉਹ ਤੁਹਾਨੂੰ ਤਨਖਾਹ ਦਿੱਤੀ ਜਾਏਗੀ ਇਹਦੇ ਲਈ ਤੁਸੀਂ ਅਪਲਾਈ ਕਿੱ

ਇੱਕ ਤੁਸੀਂ ਆਪਣਾ ਬਾਇਓ ਡਾਟਾ ਮਤਲਬ ਇੱਕ CV ਤਰ੍ਹਾਂ ਤੁਸੀਂ ਤਿਆਰ ਕਰਨਾ ਹੈ ਜਿਹਦੇ ਵਿੱਚ ਆਪਣੀ ਪਰਸਨਲ ਡਿਟੇਲ ਤੁਹਾਡਾ ਐਡਰੈਸ ਪਰਮਾਨੈਂਟ ਐਡਰੈਸ ਮੋਬਾਈਲ ਨੰਬਰ ਈਮੇਲ ਆਈਡੀ ਔਰ ਤੁਹਾਡੀ ਕੁਆਲੀਫਿਕੇਸ਼ਨ ਡਿਟੇਲ ਈਵਨ ਕਿ ਐਕਸਪੀਰੀਅੰਸ ਵੀ ਹੈਗਾ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ ਜਾਂ ਕੁਝ ਐਡੀਸ਼ਨਲ ਤੁਹਾਡੇ ਜਿਹੜੇ ਤੁਹਾਡੇ ਕੋਲ ਹੈਗੇ ਨੇ ਸਕਿਲਸ ਉਹ ਵੀ ਤੁਸੀਂ ਲਿਖ ਸਕਦੇ ਹੋ ਇਹ ਚੀਜ਼ਾਂ ਤੁਸੀਂ ਸਾਰੀਆਂ ਇੱਕ ਪੇਜ ਦੇ ਉੱਪਰ ਜਿਹੜਾ ਇਹਨੇ ਪ੍ਰਿੰਟ ਆਊਟ ਕੱਢ ਕੇ ਇਹਨਾਂ ਦੇ ਨਾਲ ਆਪਣੇ ਸਾਰੇ ਡਿ ਕੁਆਲੀਫਿਕੇਸ਼ਨ ਅਤੇ ਜਿੰਨੇ ਵੀ ਡਾਕੂਮੈਂਟ ਨੇ ਉਹ ਅਟੈਚ ਕਰਨੇ ਨੇ ਪਲੱਸ ਆਪਣੇ ਪਾਸਪੋਰਟ ਸਾਈਜ਼ ਫੋਟੋ ਜਿਹੜੀਆਂ ਨੇ ਤੁਸੀਂ ਭੇਜਣੀਆਂ ਹੋਣਗੀਆਂ ਜ ਜਲੰਧਰ ਨੂੰ ਭੇਜਨੇ ਹੋਣਗੇ ਈਮੇਲ ਆਈਡੀ ਉਹਨਾਂ ਨੇ نیچے ਮੈਂਸ਼ਨ ਕੀਤੀ ਹੋਈ ਹੈ ਈਮੇਲ ਨਾ ਕਰਨਾ ਉਹਨਾਂ ਨੇ ਜਿਹੜਾ ਜੀ ਪਾਸਪੋਰਟ ਲਿਖਿਆ ਹੋਇਆ ਹੈ ਕਿ ਤੁਹਾਨੂੰ ਇਸ ਐਡਰੈਸ ਦੇ ਉੱਪਰ ਭੇਜਣਾ ਪਏਗਾ ਤੁਸੀਂ ਜ਼ਰੂਰ ਇਸ ਐਡਰੈਸ ਦੇ ਉੱਪਰ ਹੀ ਭੇਜਣਾ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏਗਾ ਤੁਸੀਂ ਜ਼ਰੂਰ ਇਹਨਾਂ ਦੀ ਈਮੇਲ ਆਈਡੀ ਤੇ ਇਹਨਾਂ ਕੋਲ ਇਨਕੁਆਇਰੀ ਕਰ ਸਕਦੇ ਹੋ ਇਹ ਵੈਕੈਂਸੀ ਜਿਹੜੀ ਹੈ ਜੀ ਇਹਨਾਂ ਨੇ ਆਪਣੇ ਨਿਊਜ਼ਪੇਪਰ ਦੀ ਵਿੱਚ ਦਿੱਤੀ ਹੋਈ ਹੈ ਸੋ ਜ਼ਰੂਰ ਇਹਨਾਂ ਨਾਲ ਅਪਲਾਈ ਕਰ ਲੈਣਾ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਨੇ ਬਾਕੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੀ ਇਸ ਨੋਟੀਫਿਕੇਸ਼ਨ ਓਏ ਜੇ ਕੈਂਡੀਡਟਲੀ ਬਾਕੀ ਨੋਟੀਫਿਕੇਸ਼ਨ ਜਿਹੜੇ ਲੇਟੈਸਟ ਆਊਟ ਹੋਏ ਨੇ ਉਹਦਾ ਲਿੰਕ ਮੈਂ ਤੁਹਾਨੂੰ ਦੇ ਹੀ ਦਿੱਤਾ ਹੈ ਜੀ ਬਾਕੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਸੋ ਮਿਲਾਂਗਾ ਜੀ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ